ਚੱਲਾ ਮੇਰਾ ਜੀ ਸੋਹਣਿਆ ਨੀ ਦੋ ਕਾਰਾਂ ਬਜ਼ਾਰਾਂ ਉਹ ਚਿੜਕਣਾ ਦਈ ਸੱਜਣਾ ਵੇ ਅੱਖਾਂ ਕਰਨ ਦੀਦਾਰ ਸਾਡਾ ਦੀਦਾਰ ਕਰ ਰਹੇ ਤੁਹਾਡਾ ਕਰ ਰਿਹਾ ਜੀ ਹਾਂਜੀ ਬਿਸਮਿਲ੍ਲਾਹ ਰਹਿਮਾਨ ਰਹੀਮ ਅਸਲਾਮ ਅਲੈਕਮ ਦੋਸਤੋ ਉਮੀਦ ਕਰਨਾ ਕਿ ਤੁਸੀਂ ਸਭ ਖੈਰ ਖਰੀਏ ਨਾ ਹੋਵੋਗੇ ਅੱਲਾਹ ਤਾਲਾ ਦੇ ਫਜ਼ਲੋ ਕਰਮ ਨਾਲ ਦੁਆ ਗੁਆ ਕਿ ਅੱਲਾਹ ਤਾਲਾ ਤੁਹਾਨੂੰ ਸਾਰਿਆਂ ਨੂੰ ਆਪਣੇ ਹਿਫਜ਼ ਅਮਾਨ 'ਚ ਰੱਖੇ ਦੋਸਤੋ ਮੈਂ ਅਖਲਾਸਪੁਰ ਇਸ ਟਾਈਮ ਪਹੁੰਚ ਗਿਆ ਅਤੇ ਬੈਕ ਸਾਈਡ 'ਤੇ ਮੇਰੇ ਸਾਡੇ ਬੜੇ ਤਲਕ ਵਾਲੇ ਹਾਜੀ ਅਖਤਰ ਸਾਹਿਬ ਉਹਨਾਂ ਦੀ ਕਰਿਆਨੇ ਦੀ ਦੁਕਾਨ 'ਚ ਟਾਈਮ ਇੱਥੇ ਪਹੁੰਚਿਆ ਤੁਹਾਨੂੰ ਉਹ ਦੁਕਾਨ ਵੀ ਅੱਜ ਪਕੌੜਿਆਂ ਲਈ ਦਿਖਾਉਂਦੇ ਹਾਂ ਕਿ ਜਿੱਥੋਂ ਮਾਸ਼ਾਅੱਲਾ ਕਰਾਚੀ ਤੱਕ ਦੁਨੀਆ ਆਉਂਦੀ ਹੈ ਨਾ ਅਤੇ ਅਖਲਾਸਪੁਰ ਦੇ ਪਕੌੜੇ ਮਸ਼ਹੂਰ ਨੇ ਅਤੇ ਜਿਹੜਾ ਆਏ ਬੰਦਾ ਤਾਂ ਉਹਦੀ ਇਹ ਹੀ ਦਿੱਲੀ ਖੁਆਇਸ਼ ਹੁੰਦੀ ਹੈ ਕਿ ਅਖਲਾਸਪੁਰ ਦੇ ਪਕੌੜੇ ਖਾ ਕੇ ਜਾਣਾ ਇਸ ਤਰ੍ਹਾਂ ਨਹੀਂ ਜਾਣਾ ਅਤੇ ਬੜੀਆਂ ਯਾਦਾਂ ਵਾਬਸਤਾ ਨੇ ਇਸ ਜਗ੍ਹਾ ਨਾਲ ਕਿਉਂਕਿ ਜਦੋਂ ਛੁੱਟੀਆਂ ਸਕੂਲਾਂ 'ਚ ਪੈਂਦੀਆਂ ਨੇ ਜਦੋਂ ਪੜ੍ਹਦੇ ਰਹੇ ਹਾਂ ਕਿਉਂਕਿ ਸਾਡੇ ਜਲਾਲਾ ਸ਼ਰੀਫ ਨਾਨਕੇ ਨੇ ਅਤੇ ਅਸੀਂ ਇੱਥੇ ਹੀ ਆਉਣ ਜਾਣ ਸਾਡਾ ਬੜਾ ਸੀ ਅਤੇ ਇੰਝ ਹੀ ਇੱਥੇ ਫਿਰਦੇ ਰਹੇ ਹਾਂ ਜਿਸ ਤਰ੍ਹਾਂ ਸਾਡਾ ਆਪਣਾ ਘਰ ਆ ਅਤੇ ਹੁਣ ਮੈਂ ਬੜੇ ਕਾਫੀ ਅਰਸੇ ਬਾਅਦ ਆਇਆ ਮੈਂ ਚਲੋ ਆਪਣੇ ਦੋਸਤਾਂ ਨੂੰ ਨਾ ਅਖਲਾਸਪੁਰ ਦੀ ਅਤੇ ਸਹਾਨਪੁਰ ਦੀ ਅਤੇ ਆਪਣੇ ਆਦਵਾਨੇ ਪਿੰਡ ਦੀ ਤੁਹਾਨੂੰ ਵੀਡੀਓ ਬਣਾ ਕੇ ਜਿਹੜੀਆਂ ਨੇ ਦਿਖਾਉਂਦੇ ਹਾਂ ਇੱਕ ਦੋ ਬੰਦਿਆਂ ਨੂੰ ਫੋਨ ਕੀਤਾ ਦੁਆ ਕਰੋ ਕਿ ਉਹ ਮਿਲ ਜਾਣ ਸਾਨੂੰ ਕਿਉਂਕਿ ਜਿਸ ਬੰਦੇ ਨੂੰ ਮੈਂ ਕਿਹਾ ਸੀ ਉਹ ਬੰਦਾ ਇਸ ਟਾਈਮ ਚੱਕ ਅਮਰੂ ਚਲ ਗਿਆ ਤਾ ਅਤੇ ਕੋਈ ਨਾ ਕੋਈ ਮਸਲਾ ਬਣ ਜਾਂਦਾ ਅਤੇ ਬੰਦੇ ਨਾਲ ਗੱਲ ਕੀਤੀ ਹੈ ਜੇ ਅੱਲਾ ਕਰੇ ਉਹ ਸਾਨੂੰ ਮਿਲ ਗਿਆ ਅਤੇ ਫਿਰ ਤੁਹਾਨੂੰ ਆਦਵਾਨੇ ਪਿੰਡ ਦੀ ਪੂਰੀ ਵੀਡੀਓ ਜਿਹੜੀ ਨਾ ਦਿਖਾਉਂਦੇ ਹਾਂ ਅਸੀਂ ਸਹਾਨਪੁਰ ਦੀ ਅਤੇ ਉੱਥੇ ਚੱਲਾਂ ਅਤੇ ਹੁਣ ਤਾਂ ਚੱਲਦੇ ਹਾਂ ਤੁਹਾਨੂੰ ਅਸੀਂ ਅਖਲਾਸਪੁਰ ਦੇ ਪਕੌੜਿਆਂ ਵਾਲੀ ਦੁਕਾਨ ਜਿਹੜੀਆਂ ਤੁਹਾਨੂੰ ਉਹ ਦਿਖਾਉਂਦੇ ਹਾਂ ਉਹਦਾ ਵਿਜ਼ਿਟ ਕਰਵਾਉਂਦੇ ਹਾਂ ਅਤੇ ਦੂਸਰਾ ਦੋਸਤੋ ਹਮੇਸ਼ਾ ਦੀ ਤਰ੍ਹਾਂ ਗੱਲ ਹੈ ਕਿ ਮੇਰੇ ਭਰਾ ਮੁਸਲਮਾਨ ਉਹ ਆ ਜਿਹੜਾ ਕਿਸੇ ਦੀ ਮਾਂ ਭੈਣ ਦੀ ਇੱਜ਼ਤ ਕਰਦਾ ਕਿਸੇ ਬੇਟੀ ਦੀ ਕਿਸੇ ਮਾਂ ਦੀ ਅਤੇ ਉਹ ਇਨਸਾਨ ਦਾ ਫਾਇਦਾ ਨਹੀਂ ਉਸ ਇਨਸਾਨ 'ਚ ਕੁੱਤੇ 'ਚ ਤਾਂ ਇਨਸਾਨ 'ਚ ਨਹੀਂ ਫਰਕ ਜਿਹੜਾ ਇਨਸਾਨ ਗਲੀ 'ਚ ਗੁਜ਼ਰਦਾ ਏ ਅਤੇ ਉਹਦੇ ਵੱਲ ਕੋਈ ਔਰਤ ਜਾਂ ਲੜਕੀ ਜਾਂ ਬੱਚੀ ਕੋਈ ਮਸਲ ਦੀਵਾਰ ਨਾਲ ਲੱਗ ਜੇ ਨਾ ਅਤੇ ਉਹ ਸਮਝੋ ਕਿ ਕੁੱਤੇ ਤੋਂ ਵੀ ਬਿਹਤਰ ਹੈ ਇਨਸਾਨ ਇਹ ਮੁਸਲਮਾਨ ਇਨਸਾਨ ਹਰ ਇਨਸਾਨ ਦਾ ਫਰਜ਼ ਹੈ ਕਿ ਜਿਹੜੀ ਔਰਤ ਜ਼ਾਤ ਹੈ ਨਾ ਅੱਲਾਹ ਤਾਲਾ ਇਹਨਾਂ ਦੀ ਅਸੀਂ ਕੇਅਰ ਕਰਨੀ ਚਾਹੀਦੀ ਹੈ ਸਾਨੂੰ ਇਹਨਾਂ ਦੀ ਬਜਾਏ ਕਿ ਉਹ ਸਾਡੇ ਕੋਲੋਂ ਡਰਨ ਉਹਨਾਂ ਦੀ ਹਿਫਾਜ਼ਤ ਕਰਨੀ ਚਾਹੀਦੀ ਹੈ ਤਾਂ ਕਿ ਉਹਨਾਂ ਦੇ ਲਾਗੇ ਜਾਈਏ ਤਾਂ ਉਹਨਾਂ ਨੂੰ ਕੌਨਫੀਡੈਂਸ ਹੈ ਹੋਵੇ ਕਿ ਇਹ ਸਾਡੇ ਮੁਹਾਫਜ਼ ਨੇ ਬਜਾਏ ਸਾਡੇ ਕੋਲੋਂ ਡਰਨ ਦੇ ਅਤੇ ਮਾਂ ਭੈਣ ਦੀ ਇੱਜ਼ਤ ਕਰਿਆ ਕਰੋ ਯਾਰ ਆਪਣੇ ਜਿੰਨੇ ਅੱਜ ਤੁਸੀਂ ਕਿਸੇ ਦੀ ਭੈਣ ਦੀ ਕਿਸੇ ਦੀ ਸਿਸਟਰ ਦੀ ਇੱਜ਼ਤ ਕਰੋਗੇ ਕੱਲ੍ਹ ਨੂੰ ਤੁਹਾਡੀ ਕੋਈ ਤੁਹਾਡੀ ਮਾਂ ਭੈਣ ਦੀ ਇੱਜ਼ਤ ਕਰੇਗਾ ਅਤੇ ਚਲੋ ਦੋਸਤੋ ਤੁਹਾਨੂੰ ਨਾ ਆਪਣੇ ਅਖਲਾਸਪੁਰ ਦੇ ਪਕੌੜਿਆਂ ਵਾਲੀ ਦੁਕਾਨ ਦਾ ਜਿਹੜਾ ਨਾ ਉਹ ਵਿਜ਼ਿਟ ਕਰਾਉਂਦੇ ਹਾਂ ਦੋਸਤੋ ਇਹ ਆਪਣੇ ਦੁਕਾਨ ਆ ਜੀ ਜਿਹੜੇ ਅਖਲਾਸਪੁਰ ਦੇ ਪਕੌੜੇ ਬੜੇ ਮਸ਼ਹੂਰ ਆ ਨਾ ਕਰਾਚੀ ਤੱਕ ਦੁਨੀਆ ਇਹਨਾਂ ਪਕੌੜਿਆਂ ਨੂੰ ਤਰਸਦੀ ਆ ਕਿਉਂਕਿ ਜਲਾਲਾ ਸ਼ਰੀਫ ਦਰਬਾਰ ਆ ਸਾਹਿਬਜ਼ਾਦਿਆਂ ਦਾ ਉਸ ਦਰਬਾਰ 'ਤੇ ਜਿਹੜੇ ਲੋਕ ਕਰਾਚੀ ਤੱਕ ਆਉਂਦੇ ਨੇ ਜਿਹੜੀ ਜਿਹੜੀ ਜਗ੍ਹਾ ਤੋਂ ਵੀ ਆਉਂਦੇ ਨੇ ਉਹ ਜਦੋਂ ਅਖਲਾਸਪੁਰ ਆਉਂਦੇ ਨੇ ਜਾਂ ਸ਼ਕਰਗੜ੍ਹ ਆਉਂਦੇ ਨੇ ਉਹਨਾਂ ਦੀ ਦਿਲ ਦੀ ਇੱਕ ਖੁਆਇਸ਼ ਹੁੰਦੀ ਆ ਕਿ ਯਾਰ ਅਖਲਾਸਪੁਰ ਦੇ ਪਕੌੜੇ ਖਾ ਕੇ ਜਾਣਾ ਅਤੇ ਇਹ ਦੋਸਤੋ ਪਕੌੜੇ ਜੇ ਭਾਈ ਕੱਢਦਾ ਪਿਆ ਸਭ ਤੋਂ ਵੱਡੀ ਗੱਲ ਆ ਕਿ ਕੋਈ ਆਲੂ ਸ਼ਾਲੂ ਨਹੀਂ ਪਾਲਕ ਦੇ ਪਕੌੜੇ ਕੱਢਦੇ ਨੇ ਅਤੇ ਸਦਾ ਭਾਰ ਪਾਲਕ ਦੇ ਕੱਢਣੇ ਹੁੰਦੇ ਨੇ ਨਾ ਪਕੌੜੇ ਅਤੇ ਬੜਾ ਮਜ਼ਾ ਆਉਂਦਾ ਬੜਾ ਜ਼ਬਰਦਸਤ ਹੈ ਅਤੇ ਇਹ ਦੁਕਾਨ ਆ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਰਹਾਂ ਜਦੋਂ ਅਸੀਂ ਜਲਾਲਾ ਸ਼ਰੀਫ ਆਉਂਦੇ ਰਹੇ ਉਦੋਂ ਦੁਕਾਨ ਇਹਨਾਂ ਦੀ ਵੈਸੇ ਇਸ ਤਰ੍ਹਾਂ ਦੀ ਨਹੀਂ ਸੀ ਹੁਣ ਮਾਸ਼ਾਅੱਲਾ ਦੁਕਾਨ ਦੀ ਟੋਰ ਸ਼ੋਰ ਕੱਢੀ ਦੀ ਇਹਨਾਂ ਨੇ ਅਤੇ ਭਾਈ ਵੀ ਆਪਣੇ ਕੰਮ ਕਰਦੇ ਨੇ ਪਹਿਲੇ ਇਹਨਾਂ ਦੇ ਕੋਈ ਵੱਡੇ ਕੰਮ ਕਰਦੇ ਰਹੇ ਨੇ ਭਾਈ ਨੂੰ ਮੈਂ ਪਹਿਲੀ ਦਫਾ ਦੇਖਿਆ ਹੁਣ ਕੰਮ ਕਰਦੇ ਹਾਂ ਕਿਉਂਕਿ ਮੈਂ ਵੀ ਕਾਫੀ ਅਰਸੇ ਬਾਅਦ ਆਇਆ ਅਤੇ ਇਹ ਪਕੌੜੇ ਜੇ ਮਾਸ਼ਾਅੱਲਾ ਭਾਈ ਜੀ ਹੈ ਦੋਸਤੋ ਅਤੇ ਕਦੇ ਵੀ ਅਗਰ ਜਿਨ੍ਹਾਂ ਦੋਸਤਾਂ ਨੂੰ ਨਹੀਂ ਪਤਾ ਉਹ ਕਦੇ ਅਗਰ ਅਖਲਾਸਪੁਰ ਆਉਣ ਤਾਂ ਅਖਲਾਸਪੁਰ ਚੌਂਕ 'ਚ ਮੇਰੇ ਭਾਈ ਜਿਹੜਾ ਮੇਰੇ ਮਗਰ ਰੋਡ ਆ ਇਹ ਜਲਾਲਾ ਸ਼ਰੀਫ ਨੂੰ ਜਾਂਦਾ ਮੀਰਪੁਰ ਨੂੰ ਲਵਾੜੀ ਨੂੰ ਜਾਂਦਾ ਨਸੀਰੇ ਨੂੰ ਜਾਂਦਾ ਅਤੇ ਇਹਦੇ ਨਾਲ ਹੀ ਸਾਹਮਣੇ ਆਪਣੇ ਸ਼ਕਰਗੜੋਂ ਆਉਂਦਾ ਅਤੇ ਇਸ ਕੋਨੇ 'ਤੇ ਕਦੇ ਇੱਕ ਦੋ ਛੋਟੀ ਦੁਕਾਨ ਹੁੰਦੀ ਰਹੀ ਆ ਹੁਣ ਮਾਸ਼ਾਅੱਲਾ ਦੇਖੋ ਦੁਕਾਨਾਂ ਜਿਹੜੀਆਂ ਨੇ ਨਵੀਆਂ ਬਣਦੀਆਂ ਪਈਆਂ ਨੇ ਕਾਰਾਂ ਆ ਰਹੀਆਂ ਨੇ ਸ਼ਕਰਗੜ੍ਹ ਵਾਲੀ ਸਾਈਡ ਤੋਂ ਆ ਰਹੀਆਂ ਨੇ ਇਹ ਆਪਣੇ ਜਲਾਲਾ ਸ਼ਰੀਫ ਲਵਾੜੀ ਵੱਲ ਨੂੰ ਜਾਣਗੇ ਅਤੇ ਅਸੀਂ ਆਪਣੇ ਬੈਕ ਸਾਈਡ 'ਤੇ ਜਾਣਾ ਇੱਧਰ ਨੂੰ ਜਿਹੜੀ ਖੋਤੀ ਰੇੜੀ ਆਉਣ ਡੀ ਹੈ ਇੱਧਰ ਨੂੰ ਜਾਣਾ ਅਸੀਂ ਆਦਵਾਨੇ ਪਿੰਡ ਨੂੰ ਜਾਣਾ ਸਹਾਨਪੁਰ ਨੂੰ ਅਤੇ ਚਲੋ ਦੋਸਤੋ ਚੱਲ ਰਿਹਾ ਹੁਣ ਵੇਦ ਭਾਈ ਨੇ ਆਪਣੇ ਇਹਨਾਂ ਦੀ ਬਦੌਲਤ ਮੈਨੂੰ ਆਪਣੇ ਭਾਈ ਸਫਿਆਨ ਨੇ ਮਾਸ਼ਾਅੱਲਾ ਸਫਿਆਨ ਭਾਈ ਮਿਲ ਗਏ ਨੇ ਆਦਵਾਨੇ ਪਿੰਡ ਦੇ ਨੇ ਅਤੇ ਹੁਣ ਚਲੋ ਚੱਲ ਰਹੇ ਆਦਵਾਨੇ ਪਿੰਡ ਨੂੰ ਅਸੀਂ ਦੋਸਤੋ ਇਹ ਆਪਣੇ ਆਦਵਾਨਾ ਸਹਾਨਪੁਰ ਰੋਡ ਹੈ ਅਤੇ ਸਿੱਧਾ ਨੈਣੇ ਕੋਲ ਨੂੰ ਵੀ ਨਿਕਲ ਜਾਂਦਾ ਅਗਰ ਨੈਣੇ ਕੋਲੋਂ ਡੇਰਾ ਨੂਰ ਮਲਕ ਨੂੰ ਜਾਂ ਆਪਣੇ ਫਤਿਹਪੁਰ ਖਾਨਾ ਮਲਕਪੁਰ ਨੂੰ ਨੂਰਕੋਟ ਨੂੰ ਇਹ ਰਸਤਾ ਜਿਹੜਾ ਸਿੱਧਾ ਅਗਰ ਅਸੀਂ ਜਾਵਾਂਗੇ ਤਾਂ ਅਸੀਂ ਸਿੱਧੇ ਨੈਣੇ ਕੋਲ ਨੂੰ ਆਪਣੇ ਨੂਰਕੋਟ ਨੂੰ ਵੀ ਨਿਕਲ ਸਕਦੇ ਹਾਂ ਡੇਰਾ ਨੂਰ ਮਲਕ ਨੂੰ ਵੀ ਜਾ ਸਕਦੇ ਹਾਂ ਅਤੇ ਦੋਸਤੋ ਇਹਨਾਂ ਰਸਤਿਆਂ 'ਤੇ ਸਾਡਾ ਬਚਪਨ ਗੁਜ਼ਰਿਆ ਦਾ ਮਾਸ਼ਾਅੱਲਾ ਜਦੋਂ ਵੀ ਸਾਨੂੰ ਅਸੀਂ ਸਕੂਲ ਪੜ੍ਹਦੇ ਰਹੇ ਹਾਂ ਦੋ ਤਿੰਨ ਮਹੀਨੇ ਦੀਆਂ ਜਿਹੜੀਆਂ ਛੁੱਟੀਆਂ ਪੈਂਦੀਆਂ ਰਹੀਆਂ ਅਸੀਂ ਆਪਣੇ ਨਾਨਕੇ ਜਲਾਲਾ ਸ਼ਰੀਫ ਗੁਜ਼ਾਰਦੇ ਰਹੇ ਹਾਂ ਅਤੇ ਅਖਲਾਸਪੁਰ ਸਾਨੂੰ ਇੰਝ ਹੀ ਹੁੰਦਾ ਸੀ ਜਿਸ ਤਰ੍ਹਾਂ ਘਰ ਆ ਸਾਡਾ ਦੂਸਰਾ
तो इतने आना जाना पैदल आते जाते रहे हैं, टांगे चलते रहने उदों। तो नाल ही अगे नर्सरी है, तुहानू दसने आ दोस्तों नर्सरी है, बड़ी मशहूर तो बड़ी पुरानी नर्सरी है खलासपुर की। रोड़ते देखो आ करेली किंज, इधर भी करेली बहुत ज़्यादा, इस एरिए करेली लगी है। पहले इधर भी लोग मूंजी कणक तो अलावा कोई काम ही नहीं करते रहे, तो माशाल्लाह देखो करेली किस तरह लगी दी हूँ। दोस्तों वीडियो थोड़ी जी लंबी हो सकती है, लेकिन तुहानू पूरी वीडियो देखनी पेगी फिर ही तुहानू मजा आएगा। वीडियो पूरी बनाने का मकसद है कि यार कोई रस्ता कोई जिहड़ा कोई सीन है ना वह कटोए ना, ता कि अगर किसी दोस्त ने पूरा देखना है ना तो समझ चले कि किधरों बंदा आया तो किहड़ी साइड नू गया। आ दोस्तों वाड़े दे खरबूजे ने बाहर लाए थे भाई, आ सामने खरबूजों का खेत आ वाड़ा जिहड़ा। है भाई जी, भाई जी ये वादा भाई या मां मोटरसाइकिल मेरे लिए चला रहे हैं, वो भाई कहते हैं कि बैठ के मेरे को मोटरसाइकिल नहीं चलती, खड़े होके चलाना मैं। दोस्तों अल्लाह का शुक्र है, सियाने कहते हैं नैये साफ हो तो मंजिल आसान हो जाए ने, ऐसे ही अल्लाह ताला ने कोई ना कोई जरिया बनाता, सफियान भाई मिल गए ने। तो एक मैं बड़ा दुख होया सुन के कि इतों के खान साहब से अपने जुल्फकार भाई वो मैं नूरकोट दुकान पर मिलते रहे, तो मैं उन्होंने अपना तारफ करवाया कि यार मैं आदो ने पिंड दा, तो मैं बड़ा याद करता रहा। तो हूँ ही मैंने दसिया इन्होंने भाई ने कि यार वो अपने जुल्फकार भाई तो एक दो दिन हो गया वफात पा गए, तो मैं बड़ा अफसोस होया यार, बड़ा दुख होया सुन के। दोस्तों असी अपने पहुँच गए हैं नसीरे, तो आदवाने जोड़ा चौंक है जिथे रस्ता आदवाने नहीं जाता, अपने दोस्तों को दसने ऐ जी माशाल्लाह जी दीदार कर लो अपने आदवाने पिंड का। आदवाने पिंड का डेरा है पहले, तो डेरे तो अगे और सामने आदवाना पिंड है जिथे तुहानू लैके चलने। तो दुआ करो सानू कोई पुराना बजुर्ग मिल जाए जिहड़ा तुहानू पुरानियां गल्लां सुना सके, तुसीं सुन सको। इत्थे भी अपने बेड़ियां की तरह जिसां तुहानू दस्सिया सी साडे मोहसन ने जी, अपने ये मेरा ख्याल मुहम्मद अख्तर शहीद पुलिस मुलाजम सी सुफियान भाई आर्मी जी, ये भी भाई आर्मी दे ने अपने ते शहीद हो गए ने। अल्लाह ताला जी शहीद ते जंती है बरहाल, अल्लाह ताला जी जन्नत फिरदौस आला मकाम अता फरमाए। सामने सहानपुर पिंड है दोस्तों, ऐ सारा ही ओ अपने जिहड़ा भट्ठा लगा वा नज़र आ रहा इटा वाला, उहदे नाल गुजरती है सड़क जिहड़ी जलाला शरीफ नूं जांदी है। और अज जिंदगी का पहला चांस होना कि मैं इस जगह तो बगैर जलाले गया वापस जा रहा, क्योंकि घर मेहमान आए थे तो मैं लाजमी वापस जाना है। तो घर पता भी लग गया मामू हुणां नूं कि मैं आदवाने पिंड आया वा, तो बेइज्जती बहुत ज़्यादा होनी है पर ढाडी खातर बर्दाश्त करनी है क्योंकि मैं मजबूर हाँ जा नहीं सकता अगे। तो जिंदगी रही तो फिर कितने जला जावे तो जलाले का भी विजिट करावे, अगे भी एक दो वीडियो पहले पहले च मैं बनाई दी है शुरू शुरू से, तो भट्ठे के लागों की गुजरता रस्ता जोड़ा जलाले में जाता। तो चलो दोस्तों सुफियान भाई इंतजार करते पे ने, तो चलने हूँ असी अपने आदवाने पिंड है जी। सामने आदवाना पिंड है जी, गौर ना देख लो फिर एक बार, सुफियान भाई की मेहरबानी है जी। तो कुछ तुहाड़ियां दुआवां ने कि तुम दसिया कि नैये साफ हो तो मंजिल आसान होती, आस्ता आस्ता कोई ना कोई जरिया बन जाता। तो अज सुफियान भाई सानू मिल गए ने, इन्हां दी बदौलत इन्हां दी वजह नाल तुहां इह वीडियो देख सकना। ऐ दोस्तों सारा सहानपुर पिंड है, मैं थोड़ा जिहा अगे तो नहीं जान रहा कि हर बंदा मेरा भी इधर तलक वाला वाकफ है, तो मैं जिहड़ी गल तो डरदा सी वैसे उही हो गई है। इतलाह ते पहुँच गई है जलाला शरीफ के खान साहब आए ने, लेकिन मैं जी टाइम बहुत हो जाना तो उन्हें कहना रात रहना, तो रात मैं तुहानू पता रहना नहीं क्योंकि मैं इतवार वाले दिन लाइव करना हुंदा, तो इसलिए वह भी मेरी सब तो वड्डी मजबूरी है। तो मैं वापस जाना तो मेहमान आए ने घर थोड़े जे। है जी दोस्तों सहानपुर पिंड जे बैक साइड तो तुहानू दिखा रहे हैं, फ्रंट दे इन्हां दे सहानपुर दे अगों दी जिहड़ी इन्हां सड़क गुजरदी है, तो आह सहानपुर नूं रस्ता जांदा। आह बजुर्ग ने सहानपुर दे डंगर शंगर चारदे पे, इधर आह बजुर्ग ने अपने डंगर चारदे पे, जिन तक मूंजियां नहीं लगदियां उन्नी देर माशाल्लाह हुण डंगर शंगर लोकां ने खुल्लियां जमीनां च चार चूर लैणे नज़र। उम्मीद करना कि अज मेरे दोस्तां नूं जिन्हां नूं बड़ी शिद्दत नाल इंतजार सी कि यार आदवाने दी वीडियो कदों सानूं दिखाओगे तनवीर भाई, अज उन्हां दी जिहड़ियां ने अल्लाह ताला ने उम्मीद पूरी कर दी है। उम्मीद करना कि बहुत ज़्यादा खुश होणगे। ऐ दोस्तों आदवाने पिंड तो पहले आदवाने पिंड की जमीन है देखो किस तरह चरी बाजरा जिहड़ा ना माशाल्लाह ज्वार किस तरह लाई दी है, हर पासे हरियाली हरियाली है। तो जिन्हां दोस्तों का ये पिंड है या छड़ के इलाका चल गए ने किते वड्डे शहरां च शिफ्ट हो गए ने, कई लोग होंदे ने पढ़ लिख के ना अपना पिंड छड़ जांदे ने, तो उम्मीद करना कि अगर वह भी लोग देखणगे तो उन्होंने भी खुशी होएगी। तो या 47 तो पहले जिहड़े लोग इत्थे रहिंदे रहे ने जिहड़े वंडे गए ने कदे उधर अद्धे इधर आ उन्होंने वह भी लोग अगर देखणगे तो उन्होंने भी खुशी होएगी। चलो दोस्तों अपने आदवाने का दीदार करो जरा कि आदवाना पिंड जिहड़ा ना
एक तो बहुत पुराना पिंड है तो बड़ी बड़ी दुनिया की इस पिंड नाल याद वस्ता है बड़े लोगों की। तो यह जी आदवान शुरू होंदया ही पहले अल्लाह करे छप्पड़ है और सामने डंगर शंगर बजे देने तो यह अपने जी पिंड के घर ने शुरुआत जेडे इस पिंड भी एक पीपल का दरख्त तो सामने नज़र आ रहा तुहानू तो सामने वो दोस्त ने सफियान भाई होनी खड़े ने जड़ा की वजह नाल मैं इतों तक पहुँचा। तो दूसरा एक रस्ता यह निकल जाता जोड़ा पिंड के बारों की उपरों की निकल जाता दोस्तों यह जी दोस्तों आदवाना पिंड है जी। उम्मीद करना कि तुहानू बड़ी खुशी होएगी वेख के। अस्सलाम वालेकुम सुफियान भाई, की हाल है? ठीक ठाक जी। आज भाई ने अपने सारे खड़े तो सुफियान भाई हसदा पाया कि वेलिया का डेरा वेले ने सारे तो यह बजुर्ग ने। बजुर्गो की हाल जी? ठीक ठाक जी। दोस्तों असी अपने तुम दसिया आदवाने पिंड असं दाखिल हो गए तो सू माशाला बजुर्ग मिले ने तो बजुर्गों थोड़ी जी गपशप मारने तो पुछने। अच्छा बजुर्गो माशाला कि उम्र हो गई है जी? कम से कम 77 साल उम्र हो गया। 77 साल उम्र हाँ, हाँ जी। तो जो इंडिया पाकिस्तान बनया सी उदो तुसी किन्ने सालां दे सी? मैं उदो 5 साल दा। 5 साल दा? हाँ। कोई याददाश्त है कि यार दोस्त दी कोई मिसाल आई या तुसी ये जो वंड होई सी उदो आए सी ते अगे पिंड है सी इत्थे या खाली सी पिंड? जदो उदो अपना मुल्क छड़ के इंडिया छड़ के इधर आया ने पहले दरिया टप्पिया रावी फिर उदी टप्पी है फिर असीं इस पिंड च आया इत्थे मेरा बाप सानू छड़ के ते ना प्रोपर मान फिर वापस चल गया फिर जाके अपनी मां लिया। अच्छा अच्छा। सानू किसी हिंदू ने या किसी सिख ने सानू उफड़ ही आखी साड़ी दादी दी साडे प्यो दी बड़ी आशा है तो गदका जान दे मेरा भी वड्डा ते बाप भी ते ओ गदके दी वजह नाल असीं किसे दुश्मन लग नहीं आण था। सही है। गदका जान दी ओ तुहाडी गल रोकदी है कि जेड़े मेरी अम्मी दे नाना जी सी ना ओ शरीफ खान सी उहनां दे भरा जेड़े वड्डे सी ना ओ बड़ा गदका लड़दे रहे ने ओ वी दसदे रहे ने ਤੇ ਉਹ ਨੈਣੇ ਕੋਲ ਬੈਠੇ ਸੀ ਆ ਕੇ। ਹਾਂਜੀ। ਤੇ ਇਸ ਪਿੰਡ 'ਚ ਤੁਹਾਨੂੰ ਕੋਈ ਮਲੂਮ ਆਦਾ ਕਿ ਇਸ ਪਿੰਡ 'ਚ ਵੀ ਸਿੱਖ ਹਿੰਦੂ ਰਹਿੰਦੇ ਰਹੇ ਨੇ? ਇਸ ਪਿੰਡ 'ਚ ਨਾ ਜ਼ਿਆਦਾ ਹਿੰਦੂ ਸੀ। ਜ਼ਿਆਦਾ ਹਿੰਦੂ ਰਹਿੰਦੇ ਨੇ? ਹਾਂਜੀ। ਸਿੱਖ ਵੀ ਹੋਣਗੇ? ਸਿੱਖਾਂ ਦੇ ਕੋਈ ਦੋ ਘਰ ਸੀ ਬਾਕੀ ਬਾਕੀ ਹਿੰਦੂ ਜਾਂਦੇ ਸੀ ਇਹ ਵੀ ਪਿੰਡ ਨਾਲ ਵੀ ਹਿੰਦੂ ਸੀ ਇੱਥੇ ਵੀ ਹਿੰਦੂ ਦਾ ਵਾਸ ਸੀ। ਠੀਕ ਠੀਕ। ਹਾਂ ਸਹੀ ਹੈ। ਤੇ ਇੱਥੇ ਮੜੀਆਂ ਹੀ ਹੋਣਗੀਆਂ ਜਿੱਥੇ? ਹਾਂਜੀ ਮੜੀਆਂ। ਇਸ ਪਿੰਡ ਵੀ ਆਏ ਜਿੱਥੇ ਬੰਦੇ ਦੀ ਜਾ ਕੇ ਅੱਗ ਲਾ ਕੇ ਫੂਕ ਦੇ ਮੜੀਆਂ ਵੀ ਆਏ ਸੀ? ਮੜੀਆਂ ਵੀ ਆਏ ਸੀ। ਹਾਂਜੀ ਉਹ ਕੋਈ 15-16 ਕਿੱਕਰ ਸੀ ਚਫੇਰੇ ਹੀ ਵਿੱਚ ਉਹਦੀ ਜਗ੍ਹਾ ਵੀ ਥੋੜ੍ਹੀ ਬਣਾਈ ਹੋਣੀ ਇੱਟਾਂ ਉੱਟਾਂ ਰੱਖ ਕੇ ਉਹਦੇ ਉੱਤੇ ਰੱਖ ਕੇ ਉਹ ਮੰਜੀ 'ਤੇ ਅੱਗ ਲਾ ਕੇ ਫੂਕ ਦਿੰਦੇ ਨੇ ਉਹ ਖਿੜਕਾ ਜਿਹਾ। ਖਿੜਕਾ ਜਿਹਾ ਸਹੀ ਹੈ। ਦੋਸਤੋ ਇਹ ਮਾਸ਼ਾਅੱਲਾ ਜੀ ਸਾਡੇ ਬਜ਼ੁਰਗ ਨੇ ਅਤੇ ਆਪਣੇ ਅਲ ਮਰੂਫ ਉਸਤਾਦ ਦੇ ਨਾਂ ਤੋਂ ਮਸ਼ਹੂਰ ਨੇ ਕਿਉਂਕਿ ਜਿੰਨੇ ਦੋਸਤ ਨੇ ਸਾਰੇ ਇਹਨਾਂ ਨਾਲ ਇੰਝ ਹੀ ਯਾਰੀ ਦੋਸਤੀ ਵਾਲਾ ਹਿਸਾਬ ਆ ਕੋਈ ਬਜ਼ੁਰਗਾਂ ਵਾਲਾ ਨਹੀਂ ਹੈ ਬੜੇ ਦੋਸਤਾਂ ਨਾਲ ਮਾਹੌਲ ਨਾਲ ਰਹਿੰਦੇ ਨੇ ਅਤੇ ਬੜਾ ਹਾਸਮੁੱਖ ਨੇ ਬਜ਼ੁਰਗ ਵੀ ਅਤੇ ਗੱਪਸ਼ੱਪ ਮਾਰਦੇ ਨੇ ਸਾਰੇ ਦੋਸਤ ਅਤੇ ਦੋਸਤੋ ਤੁਹਾਡਾ ਬਜ਼ੁਰਗਾਂ ਨਾਲ ਕੈਸਾ ਰਵੱਈਆ ਆ ਮਿਸਾਲ ਆ ਕਿ ਤੁਹਾਡਾ ਯਾਰਾਂ ਦੋਸਤਾਂ ਤਰ੍ਹਾਂ ਹੀ ਆ ਮਿਸਾਲ ਹਿਸਾਬ ਕਿਤਾਬ ਨਾਲ ਖੁੱਲ੍ਹੀ ਗੱਪਸ਼ੱਪ ਮਾਰਦੇ ਹੋ? ਮੈਂ ਜੀ ਬੱਚਿਆਂ ਨਾਲ ਬੱਚਾ ਹੈ। ਅੱਛਾ ਜੀ। ਅਤੇ ਬਜ਼ੁਰਗਾਂ ਨਾਲ ਬਜ਼ੁਰਗਾਂ ਹੈ ਮੈਂ ਫਿਰ ਚੰਗੀ ਹੋਏ ਮੈਂ ਫਿਰ ਉਹ ਮੈਂ ਢਾਲ ਲੈਣਾ ਅਤੇ ਲੇਕਿਨ ਮੈਂ ਜ਼ਿਆਦਾਤਰ ਹੁਸ਼ਿਆਰ ਰਹਿਣਾ ਅਤੇ ਰੋਂਦੇ ਮੈਂ ਹਸਾ ਸਕਣਾ ਮਾਈਆ ਵੀ ਮੈਂ ਬੋਲ ਸਕਦਾ ਤੇ ਬਾਤ ਵੀ ਸੁਣਾ ਸਕਦਾ। ਹਾਏ ਹਾਏ ਜਿੰਦਾ ਰਹੇ ਛੱਲਾ ਮੇਰਾ ਜੀ ਸੋਹਣੀਏ ਨੀ ਦੋ ਹੱਟੀਆਂ ਫਰੂਟਾਂ ਦੀਆਂ ਨੀ ਝਿੜਕਣਾ ਦਈ ਸੋਹਣੀਏ ਅੱਖਾਂ ਕਰਨ ਦੀਦਾਰ ਆਈਆਂ। ਅੱਗੋਂ ਪਤਾ ਕੀ ਕਹਿੰਦਾ ਵਿਚਾਰਾ ਉਹ ਛੱਲਾ ਮੇਰਾ ਜੀ ਸੋਹਣੇ ਹੋਟਾਂਗਾ ਰਾਹ ਵਿੱਚੋਂ ਮੋੜ ਦਿੱਤਾ ਉਹ ਵੇਖ ਗਰੀਬ ਨੂੰ ਤੁਸਾਂ ਬੋਲਣਾ ਵੀ ਛੋੜ ਦਿੱਤਾ। ਠੀਕ ਹੈ ਨਾ। ਫਿਰ ਅੱਗੋਂ ਪਤਾ ਕੀ ਕਹਿੰਦੀ ਹੈ ਛੱਲਾ ਮੇਰਾ ਜੀ ਸੋਹਣੀਏ ਨੀ ਫੁੱਲ ਟੁੱਟਿਆ ਫੁਲਾਈ ਨਾਲੋਂ ਉਹ ਡਿਗਰ ਵੇਲਾ ਸੀ ਜਦੋਂ ਵਿਛੜੀਆਂ ਮਾਈ ਨਾਲੋਂ। ਬੜੀ ਗੱਲ ਠੀਕ ਹੈ। ਤੁਸੀਂ ਸਾਡੇ ਬਜ਼ੁਰਗ ਹੋ ਲੇਕਿਨ ਸਾਡੇ ਬਜ਼ੁਰਗਾਂ ਨੇ ਹਦਾਇਤ ਦਿੱਤੀ ਹੈ ਇਸ ਵਾਸਤੇ ਜਿੱਥੇ ਮਰਜ਼ੀ ਰਹਿਣਾ ਸਹਿਣਾ ਲੇਕਿਨ ਅਲਾਮਾ ਨਹੀਂ ਆਉਣਾ। ਮੁੰਡਿਆਂ ਚਿਹਰਾ ਕੁੜੀਆਂ ਚਿਹਰਾ ਬੁੜੀਆਂ ਚਿਹਰਾ ਸਿਆਣਾ ਚਿਹਰਾ
पुत्रा लामा नहीं आएगा। मैं आखिया पुत्रा लामा मेरा आएगा तो मैं रख के टोकर कुछ दी, लेकिन मैनू आजाद कर देना। आजादी मैं रही है शुरू तो लैके, लेकिन मेरी हर बंद ने इज्जत की है छोटे तो लैके व्डे तक। तो इवें रहा खुशहाल तरीके का, तो माहौल योजा गुजार रहा तो मेरे मन तो बाद मैं याद करे। मैं उस्ताद कुश्ता भी रहा तो शिकायत याद भी सुनता रहा, कुश्ती भी खेडी है। अच्छा उस्ताद जी कुश्ती भी खेडी है। हां जी। अच्छा उस्ताद जी एक माजरत है कि मैं तुम्हारा नाम पूछना भूल गया पहले। अपना नाम दसो जरा। ते मेरा नाम जी, नाम ते मेरा मोहम्मद सदीक। मैं पहले मोहम्मद सदीक नाम। हां जी हां जी। अच्छा अच्छा। मोहम्मद सदीक नाम अलमरूफ उस्ताद जी। उस्ताद ठीक है जी। जबरदस्त जी, बुजुर्गों ने माइये सुनाए ने दिल खुश कर दिता। हां जी। और मेरा तो दिल करता कि मैं कितने हफ्ते बाद चक्कर लावा करा आजवाने पिंड दा, क्योंकि माशाल्लाह बड़ी रौनक है ते बड़ी मौज है। ਤੇ ਬਜ਼ੁਰਗੋ ਚ ਕੋਈ ਸ਼ੱਕ ਨਹੀਂ, ਅੱਜ ਤੋਂ ਕੋ 25-30 ਸਾਲ ਪਹਿਲੇ ਜਿਸਨਾ ਮਰਜ਼ੀ ਤੁਸੀਂ ਇਕੱਠਿਆਂ ਬਹਿ ਬੁਝਾਉਂਦੇ ਖੇਡ ਲੈਂਦੇ ਸੀ। ਹਾਂਜੀ ਹਾਂਜੀ। ਲੇਕਿਨ ਹੁਣ ਉਹ ਵਕਤ ਨਹੀਂ ਰਹਿ ਗਿਆ। ਹਾਂਜੀ ਹਾਂਜੀ। ਇੱਧਰ ਆ ਗਿਆ ਅੱਲਾਹ ਤਾਲਾ। ਹਾਂ ਇੱਕ ਮੇਰਾ ਦੋਸਤ ਆ ਜੀ। ਅੱਛਾ ਜੀ। ਇੱਧਰ ਆ। ਆ ਇੱਕ ਮੇਰਾ। ਅਸਲਾਮੁਅਲੈਕੁਮ। ਆ ਇੱਕ ਮੇਰਾ ਦੋਸਤ ਆ। ਇਹ ਪੁਰਾਣੇ ਵਕਤਾਂ 'ਚ ਅਸੀਂ ਦੋਵੇਂ ਜ਼ੋਰ ਕਰਦੇ ਨਾ ਖੇਡ ਬਣ ਕੇ। ਅੱਛਾ ਦੋਨੋਂ ਤੁਸੀਂ ਜ਼ੋਰ ਜ਼ੋਰ ਕਰਦੇ ਸੀ। ਤੇ ਇਨਸ਼ਾ ਅੱਲਾਹ ਤਾਲਾ ਇਹ ਵੀ ਬੜਾ ਸੱਟ ਸੀ। ਬੜੀ ਸੇਧ ਆਦਵਾ ਨੇ ਪਿੰਡ। ਸਾਨੂੰ ਕੋਈ ਦੱਸੋ ਪੁਰਾਣੀ ਕੋਈ ਗੱਲ ਬਾਤ ਸੁਣਾਓ, ਅਗਰ ਤੁਹਾਨੂੰ ਕੋਈ ਯਾਦ ਆਈ ਤੁਹਾਡੇ ਮਾਂ ਪਿਓ ਨੇ ਭੈਣ ਭਰਾਵਾਂ ਨੇ ਜਿਹਨੇ ਦੱਸੀਆਂ ਹੋਣ ਕਿ ਇੱਥੇ ਹਿੰਦੂ ਸਿੱਖ ਰਹਿੰਦੇ ਰਹੇ ਨੇ, ਉਹ ਕਿਸਨਾਂ ਦਾ ਉਹਨਾਂ ਨਾਲ ਉਹਨਾਂ ਲੋਕਾਂ ਨਾਲ ਰਵੱਈਆ ਸੀ, ਕਿੰਨੇ ਕੋ ਚੰਗੇ ਸੀ ਤੇ ਕਿਸਾਂ ਦਾ ਵਕਤ ਗੁਜ਼ਰਦਾ ਰਿਹਾ ਤੁਹਾਡਾ? ਯਾਰ ਉਹ ਤੇ ਹੁਣ ਸਾਨੂੰ ਉਦੋਂ ਅਸੀਂ ਵੀ ਹਲਕੇ ਹੀ ਸੀ, ਐਡਾ ਸਾਨੂੰ ਹੋਸ਼ ਨਹੀਂ ਸੀ। ਮਸਲ ਜਦੋਂ ਤੁਸੀਂ ਛੋਟੇ ਸੀ ਉਦੋਂ ਅਲਹਿਦਾ ਤੁਸੀਂ ਪ੍ਰਦੇਸ਼ ਤੇ ਇੰਡੀਆ ਦੀ ਆਉਣਾ? ਹਾਂ ਇੰਡੀਆ ਦੀ। ਤੇ ਇੰਡੀਆ 'ਚ ਪਿੱਛੇ ਤੁਹਾਡਾ ਉਸਤਾਦ ਜੀ ਕਿਹੜਾ ਪਿੰਡ ਸੀ? ਮੇਰਾ ਸਾਥ ਲਾਗੇ ਪੈਣਾ ਸ਼ਾਹਪੁਰ, ਆ ਤੋਰ ਸਾਹ ਦੇ ਕੋਲ ਸਮਾਰਪੁਰ। ਇਹ ਸ਼ਾਹਪੁਰ ਪਿੰਡ ਸੀ? ਹਾਂਜੀ ਸ਼ਾਹਪੁਰ। ਤੇ ਤੁਹਾਡਾ ਬਜ਼ੁਰਗ? ਸਾਡਾ ਜੀ ਬਾਊਪੁਰ। ਬਾਊਪੁਰ? ਹਾਂਜੀ। ਅੱਛਾ ਜੀ। ਤੇ ਸਾਡੇ ਜਿਹੜੇ ਮੇਰੇ ਨਾਨੀ ਨਾਨਾ ਸੀ ਉਹ ਸੀ ਬ੍ਰਾਹਮਪੁਰ ਦੇ। ਬ੍ਰਾਹਮਪੁਰ ਦੇ? ਬ੍ਰਾਹਮਪੁਰ ਦੇ। ਤੇ ਨੈਣੇ ਕੋਲ ਬੈਠੇ ਸੀ ਆ ਕੇ ਤੇ ਜਲਾਲਾ ਸ਼ਰੀਫ। ਸੁਲੇਮਾਨ ਖਾਨ ਨੂੰ ਸ਼ਾਇਦ ਜਾਣਦੇ ਹੋਵੇ, ਜਲਾਲਾ ਸ਼ਰੀਫ 'ਚ ਸੁਲੇਮਾਨ ਖਾਨ ਤੇ ਯੂਸਫ ਖਾਨ। ਯੂਸਫ ਖਾਨ ਮੈਂ ਉਹਨਾਂ ਦਾ ਦੋਤਾ ਆ। ਹਾਂਜੀ ਓਏ ਜਾਣਨੇ ਆ ਜੀ। ਪਿੰਡ ਮੇਰਾ ਮੁੰਡੀ ਖੇੜਾ ਜੀ। ਹਾਂਜੀ ਹਾਂਜੀ। ਤੇ ਬੜੀ ਮੈਨੂੰ ਜਿਹੜੀ ਨਾ ਬੜੇ ਦੋਸਤਾਂ ਦੀ ਇੱਕ ਦੋਸਤ ਗੁਜ਼ਾਰਿਸ਼ ਲੈ ਕੇ ਬੜੀ ਉਹਨਾਂ ਦੀ ਆਪਣੇ ਚਾਹ ਸੀ, ਉਹਨਾਂ ਕਿਹਾ ਜੀ ਸਾਨੂੰ ਖਾਸ ਕਰਕੇ ਨਾ ਸਾਨੂੰ ਅੱਜ ਉਹਨਾਂ ਪਿੰਡ ਜਿਹੜਾ ਦਿਖਾਓ, ਉੱਥੋਂ ਦੇ ਬਜ਼ੁਰਗਾਂ ਨਾਲ ਸਾਰਾ ਜਿਹੜਾ ਆ ਜਾਓ ਬਜ਼ੁਰਗ ਸਿਆਣੇ ਦੋਸਤ ਇੱਕ ਹੋਰ ਆ। ਤੂੰ ਜੀ ਤੂੰ ਜੀ ਤੂੰ ਸਿਆਣੇ ਸਾਰੇ ਫੋਨ ਬੁੱਢੇ ਬੁੱਢੇ ਬੁੱਢਿਆਂ ਨੂੰ ਕੀ ਕਰੇ ਜੀ। ਗੱਪਸ਼ਪ ਲਾ ਰਹੇ ਸੀ ਤੇ ਆਪਣੇ ਸਾਡੇ ਉਸਤਾਦ ਸਾਹਿਬ ਦੇ ਹੋਰ ਇੱਕ ਦੋਸਤ ਆ ਗਏ ਨੇ। ਬਜ਼ੁਰਗੋ ਸੁਣਾਓ, ਹੋਰ ਸੁਣਾਓ ਠੀਕ ਠਾਕ ਜੀ? ਅਲਹਮਦੁਲਿਲਾ। ਬਜ਼ੁਰਗਾਂ ਦਾ ਨਾਂ ਕੀ ਹੈ ਜੀ ਆਪਣਾ? ਯੂਨਸ ਅਲੀ। ਯੂਨਸ ਅਲੀ? ਹਾਂਜੀ। ਅੱਛਾ ਜੀ, ਤੁਹਾਨੂੰ ਕੋ ਪੁਰਾਣੀ ਗਾਲੀ ਬਾਤ ਯਾਦ ਆ ਜਾਂ ਤੁਸੀਂ ਇੱਧਰ ਪਾਕਿਸਤਾਨ ਦੀ ਪਦਾਇਸ਼ ਹੋ? ਜਿਹੜੇ ਸਾਂਝੇ ਪੁੱਛਿਆ ਜੀ ਕਿ 47 ਤੋਂ ਪਹਿਲੇ ਦੀ? ਮੈਂ ਛੱਪੜ ਕੇ ਰੜਾ। ਕੋ ਯਾਦ ਹੈ? ਨਹੀਂ ਜੀ ਨਹੀਂ ਯਾਦ। ਇਹ ਇੱਧਰ ਦੀ ਪਛਾਣ ਡੇਟ ਆਫ ਬਰਥ 1950 ਦੀ ਆ। ਹਾਂਜੀ ਡੇਟ ਆਫ ਬਰਥ 1950 ਦੀ। ਤੁਹਾਡੀ ਪਾਕਿਸਤਾਨ ਆ ਕੇ ਤੁਸੀਂ ਆ ਬੰਜਾ ਸਨ, ਬੰਜਾ ਜਾ ਕੇ ਪੈਦਾ ਹੋਇਆ। ਅਸੀਂ ਤੁਹਾਨੂੰ ਕੋ ਯਾਦ ਹੋਏ ਮਸਾਲਾ ਕੋ ਉੱਧਰ ਦੀ ਕੋ ਮਾਂ ਪਿਓ ਦੀ ਕੋ ਗੱਲਬਾਤ ਯਾਦ ਹੋਏ ਜਿਹੜੀ ਕੋ ਦੱਸਦੀ ਹੁਣ ਕਿਸਨਾ ਹੀ ਆਏ ਕਿਸਨਾ ਤੁਸੀਂ ਆਏ ਇੱਧਰ? ਉਹ ਤੇ ਫਿਰ ਸਾਨੂੰ ਇਹ ਦੱਸਦੇ ਰਹੇ ਨੇ ਵੀ ਉੱਥੇ ਪੱਤਣ ਦੇ ਉੱਤੇ ਆਏ ਤੇ ਉੱਥੇ ਫਿਰ ਆਪਣੇ ਸ਼ਤੀਰੀਆਂ ਬੰਨ ਕੇ ਰੱਸਿਆਂ ਦੇ ਨਾਲ ਫਿਰ ਉਹਦੇ ਤੇ ਜੀ ਬਿਠਾ ਕੇ ਤੇ ਉਹ ਫਿਰ ਬੜੀ ਮੁਸ਼ਕਲ ਰਾਰ ਕੀਤੇ ਉਹ ਜੀ ਜਿਹੜੇ ਨਾ ਤੇ ਫਿਰ ਆਣ ਕੇ ਨਾ ਤੇ ਅਸੀਂ ਰਾਤ ਰਹੇ ਸੀ ਆਪਣੇ ਵਾਹਵਾ ਦਿਨ ਗੁਜ਼ਾਰੇ ਸੀ ਨੂਰ ਮਲਕ ਡੇਰੀ। ਅੱਛਾ ਡੇਰਾ ਨੂਰ ਮਲਕ ਰਹੇ ਸੀ? ਹਾਂਜੀ ਉੱਥੇ ਰਹੇ ਸੀ ਆ ਕੇ ਉੱਥੋਂ ਸਾਡਾ ਪਿੰਡ ਪਤਾ ਲੱਗਾ ਸਾਡਾ ਪਿੰਡ ਡੇਰਾ ਨੂਰ ਮਲਕ ਤੋਂ ਵੀ ਆ ਕੇ ਇੱਥੇ ਰਹਿੰਦੇ ਨੇ। ਹਾਂਜੀ ਆ ਨੂਰ ਮਲਕ ਤੋਂ ਫਿਰ ਇੱਥੇ ਆ ਗਏ ਅਸੀਂ। ਉੱਥੋਂ ਨੂਰ ਮਲਕ ਸਾਡਾ ਪਿੰਡ ਜਿਹੜਾ ਨਾ ਇਹ ਕੋਈ 1.5-2 ਮੀਲ ਆ ਭੈਣਾ ਜਲਾਲੇ ਜਿੰਨਾ ਹੈ ਜੀ। ਅੱਛਾ ਡੇਰਾ ਨੂਰ ਮਲਕ ਤੋਂ ਅੱਗੇ? ਹਾਂਜੀ ਸਾਡਾ ਪਿੰਡ ਜਿਹੜਾ ਇੰਡੀਆ 'ਚ ਇੰਡੀਆ ਦੇ ਵਿੱਚ ਆ ਇੰਨਾ ਹੈ ਭੈਣਾ। ਸਹੀ ਹੈ ਜੀ। ਹਾਂਜੀ ਤੇ ਸਾਡੇ ਉਸਤਾਦ ਸਾਹਿਬ ਦਾ ਜੀ ਪਿੰਡ ਸ਼ਾਹਪੁਰ ਤੇ ਤੁਹਾਡਾ ਕਿਹੜਾ ਸੀ? ਬਾਊਪੁਰ। ਬਾਊਪੁਰ ਇਹ ਸਾਹਮਣੇ ਹੀ ਹੋਏਗਾ ਇੱਥੋਂ ਸਾਡੇ। ਹਾਂਜੀ ਬ੍ਰਾਹਮਪੁਰ ਵਾਲੀ ਸਾਈਡ ਜ਼ਿਲ੍ਹਾ ਗੁਰਦਾਸਪੁਰ ਹੀ ਸੀ? ਹਾਂ ਜ਼ਿਲ੍ਹਾ ਗੁਰਦਾਸਪੁਰ ਸੀ ਸਾਡਾ ਤੇ ਆਪਣੇ ਆਪਣਾ ਬ੍ਰਾਹਮਪੁਰ ਜਿਹੜਾ ਸਾਡੇ ਤੋਂ ਚੜ੍ਹਦੇ ਪਾਸੇ ਸੀ। ਹੋਰ ਬਜ਼ੁਰਗੋ ਬੱਚੇ ਬੁੱਚੇ ਠੀਕ ਨੇ? ਅੱਲਾ ਦਾ ਬੜਾ ਠੀਕ ਠਾਕ ਸ਼ੁਕਰ ਹੈ ਅੱਲਾ ਦਾ। ਚਲੋ ਜੀ ਮਿਹਰਬਾਨੀ ਤੇ ਉਸਤਾਦ ਜੀ ਉਸਤਾਦ ਜੀ ਇੱਕ ਜ਼ਰਾ ਮੇਰਾ ਬੜਾ ਦਿਲ ਖੁਸ਼ ਹੋਇਆ। ਹਾਂਜੀ ਇੱਕ ਚੰਗਾ ਜਿਹਾ ਮਾਈਆ ਹੋਰ ਸਾਨੂੰ ਜ਼ਰਾ ਸੁਣਾ ਲਿਓ ਬੜੀ ਮਿਹਰਬਾਨੀ। ਠੀਕ ਹੈ ਵਾਪਸ ਆ ਦੇਣੀ ਹੈ ਉਦਨ ਹੀ ਮਾਰ।
छला मेरा जी सुनिया नी दो बाजार आया ओ चिड़कना दई सजना बे अखा करन दीदार आया साडा दीदार कर रहे तुहाडा कर रहे जी हां जी मोहब्बत तो अपने देख लो मेला लग गया जी इत्थे माशाल्लाह सारे दोस्त जिहड़े ने इकट्ठे हो गए ने एक बजुर्ग होर दा इंतजार है वो कहते हैं भाई दस देते हैं सफियान भाई के थोड़े जे बोलने खान जी तुम थोड़ा जि उची बोल के तो उन्होंने दसना पैना तो दुआ करो कि वो मिल जाए तो उन्होंने भी तुम गलबात सुनाने कहें जरा सियाने बजुर्ग ने तो उन्होंने पता होगा तो यह जी अपने साढ़े आदवाने के बजुर्ग साहब ने तो कमेंट्स करके सू लाजमी मैं दसना कि मैं कॉल करके सफियान दसना कि साढ़े अपने सफियान भाई उन्होंने जिन्हें भाई ने यह सारे जे उस्ताद साहब ने इन माइए तुम कैसे लगे ने मैनू तो वैसे बहुत जबरदस्त बड़े अच्छे लगे ना और मेरा दिल करता कि मैं हर इतवार आ के इन्हां दे नाल आ के बैठा करा आ के थोड़ी जी गपशप लावां करा।